ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ, ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹਿਬਾਲੀ। ਜਿਵੇਂ ਕਿ ਜਨਾਬ ਮੈਂ ਵੀਰਾਂ ਵਾਸਤੇ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਾਨਵਰ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਜਨਾਬ ਰੋਜ਼ ਦੇ ਨਿਸਬਤ ਆਫਿਸ ਜਨਾਬ ਦੋਸਤਾਂ ਵਾਸਤੇ ਇੱਕ ਸੱਜਰੀ ਸੁਈ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਇੱਕ ਤਸੱਲੀ, ਸਭ ਤੋਂ ਪਹਿਲਾਂ ਤੁਹਾਡੇ ਚੈਨਲ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਕਰਨਾ ਕਲਿੱਕ ਤਾਂ ਕਿ ਅੱਛੇ ਤੋਂ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਦੋਸਤਾਂ ਜਨਾਬ ਭਰਾਵਾਂ ਨੂੰ ਮਿਲਦਾ ਰਹੇ। ਅੱਜ ਜਨਾਬ ਕਮਾਲ ਦਾ ਬ੍ਰਾਂਡ ਜਨਾਬ ਜਾਨਵਰ ਲੈ ਕੇ ਆਏ ਹਾਂ। ਪਿੱਛੇ ਬੱਚੀ ਲਾਈਵ ਜਨਾਬ ਪਹਿਲੀ ਜੁਆਇਨ ਕਰਾਵਾਂਗੇ। ਸਾਡੀ ਵੀਰਾਂ ਦੀ ਰਿਕੁਐਸਟ ਹੈ ਜਨਾਬ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਹੈ ਤੇ ਜਨਾਬ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਜਨਾਬ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਨਾਲ ਆਪਣੇ ਰਾਜਤ ਆਰ ਲਾਜ਼ਮੀ ਕਰਨਾ ਹੈ ਤੇ ਜਨਾਬ ਵੀਡੀਓ ਨੂੰ ਸ਼ੇਅਰ ਕਰਨਾ। ਮਾਸ਼ਾ ਜਨਾਬ ਜਾਨਵਰ ਚੈੱਕ ਕਰ ਲੈਣਾ, ਅੱਲਾ ਦੇ ਫਜ਼ਲ ਨਾਲ ਓਰੀਜਨਲ ਹਾਈਟ ਮੇਰੇ ਕੈਮਰੇ ਦੇ ਨਜ਼ਰ ਸਾਹਮਣੇ ਜਨਾਬ ਕੋਈ ਚੀਜ਼ ਤੁਹਾਡੇ ਤੋਂ ਚੱਲਣੀ। ਇਹ ਪਿੱਛੇ ਜਨਾਬ ਬੱਚੀ ਥੋੜ੍ਹੇ ਖੁੱਲੀ ਇਹਨੂੰ ਚਲਾ ਫਾਕ ਵੀ ਜਨਾਬ ਤੁਹਾਨੂੰ ਵਿਖਾ ਦਿੰਦੇ ਹਾਂ। ਬਾਕੀ ਜਨਾਬ ਲੈਣ ਦੇਣ ਨਸੀ ਮਾਸ਼ਾ ਅੱਲਾ। ਇਹ ਵੇਖੋ ਜਨਾਬ ਥੱਬਿਆਂ ਦੇ ਬਾਨੇ, ਇਹਨੂੰ ਜਨਾਬ ਆਖੀ ਦਾ ਥੱਬਿਆਂ ਦੇ ਭੰਡਾਂ ਦੇ ਬਾਨੇ ਮਾਸ਼ਾ ਅੱਲਾ ਜੀ। ਲਿਆ ਪਹਿਲੀ ਜਨਾਬ ਇਹਨੇ ਚੋਈ ਕਰਾਉਣੀ ਹੈ, ਲਿਆ ਵਾਪਸ ਲਿਆ। ਪਿੱਛੇ ਜਨਾਬ ਇਹਦੇ ਬੱਚੀ ਲਾਈਵ ਜਨਾਬ ਚੋਈ ਕਰਾਵਾਂਗੇ, ਬਾਕੀ ਜਨਾਬ ਡਿਟੇਲ ਲੈਣ ਤੇ ਮਾਲਕਾਂ ਤੋਂ ਲਵਾਂਗੇ। ਇਹ ਦੇ ਪਿੱਛੇ ਬੱਚੀ ਜੀ, ਚਲੋ ਜੀ ਲਾ ਬੱਚਾ ਮਾਸ਼ਾ ਅੱਲਾ ਜੀ। ਲਓ ਜਨਾਬ ਲੰਮਾ ਚਲਾ ਕੇ ਸਿਆ ਤੋਂ ਫਿਰ ਤੁਹਾਨੂੰ ਵਿਖਾ ਦਈਏ, ਤਸੱਲੀ ਕਰਵਾ ਦਈਏ। ਹੁਣ ਜਨਾਬ ਇਹਨੇ ਆਪਾਂ ਲਾਈਵ ਚੋਈ ਕਰਾਵਾਂਗੇ। ਟੰਗਾ ਲਾ ਲਾ ਪਹਿਲੇ ਆਪਣੇ ਆਪ ਕੋ ਖੂਬਸੂਰਤ ਕਲਰ ਮੇਂ ਔਰ ਬਾਡੀ ਸਟ੍ਰਕਚਰ ਗਾਏ ਕੇ ਪਾਸ ਬਹੁਤ ਨਾਯਾਬ ਔਰ ਰੇਅਰ ਹੈ ਯੇ ਦੇਖੇ। ਔਰ ਅਭੀ ਤਕਰੀਬਨ ਇਸਕਾ ਜੋ ਪਹਿਲਾ ਬੌਲਾ ਜਨਾਬ ਨਿਕਾਲਨੇ ਜਾ ਰਹੇ ਹੈ ਟਾਈਮ ਜਨਾਬ ਥੋੜਾ ਸਾ ਸ਼ਾਰਟ ਜਿਸ ਕੀ ਵਜ੍ਹਾ ਥੋੜਾ ਸਾ ਕਲੋਜ਼ਿੰਗ ਮੇਂ ਜਲਦੀ ਕਰ ਕਲਰ ਕੰਪਲੈਕਸ਼ਨ ਅਟਰੈਕਸ਼ਨ ਬ੍ਰਾਈਟਨੈਸ ਆਪਣੇ ਦੇਖੋ
ਕੈਸਾ ਜਨਾਬ ਫੈਬੂਲਸ ਕਲਰ ਆ ਗਾਇਕ ਪਾਸ। ਔਰ ਨਵਾਬ ਰੰਗ ਜਿਹਨੂੰ ਆਪਣੇ ਜੱਟ ਬਰਾਏ ਬੋਲਦੇ ਨੇ ਕਿ ਗਰਮੀ ਨੂੰ ਖਾ ਜਾਣ ਵਾਲਾ, ਗਰਮੀ ਨੂੰ ਮਾਤ ਦੇਣ ਵਾਲਾ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਥੋੜ੍ਹੀ ਜਿਹੀ ਘਬਰਾਹਟ ਦਾ ਸ਼ਿਕਾਰ ਨੇ, ਔਰ ਗਾਂ ਨੂੰ ਬਿਲਕੁਲ ਪਤਾ ਨਹੀਂ। ਫਿਰ ਸੱਜਰ ਸੂਈ ਗਾਂ ਜਿਹੜੀ ਆਪਣੇ ਸਮਝਦਾਰ ਭਾਈ ਨੇ ਉਹ ਸਮਝਦੇ ਨੇ ਕਿ ਗਾਂ ਅਗਰ ਸੂਪ ਪਵੇ ਤਾਂ ਨਾ ਵੀ ਕੁਆਲਿਟੀ ਹੋਵੇ ਤਾਂ ਵੀ ਉਹ ਗਰਮੀ ਮਨਾਉਂਦੀ ਹੈ। ਲੇਕਿਨ ਕੁਰਬਾਨ ਚਾਹੀਏ ਜਨਾਬ ਗਾਂ ਦੀ ਜਵਾਨੀ ਦੇ ਬੱਕਰੀ ਮਾਰ ਲੈ ਇੱਕ ਮਿੰਟ ਹੈ ਪਾਸ ਕਰਵਾ ਲਈਏ ਧਾਰਾ ਮਾਰ ਜੇ ਉਰਲਾ ਥਾਂ। ਵਾਹ ਜੀ ਵਾਹ ਮਾਸ਼ਾਅੱਲਾ ਕਿਆ ਹੀ ਕਹਿਣਾ ਜਨਾਬ ਲਾਜਵਾਬ ਸੁਭਾਨ ਅੱਲਾ ਉਰਲਾ ਥਾਂ ਰਹਿ ਗਿਆ ਬਾਈ ਮੈਂ ਥੋੜ੍ਹਾ ਜਿਹਾ ਦਬਾ ਦੇ ਬਾਈ ਇਸਨੇ ਇਹੋ ਚੁਆਈ ਕੇ ਬਾਅਦ ਜਨਾਬ ਠੀਕ ਹੋ ਜਾਏਗਾ ਥੋੜ੍ਹਾ ਸਾ ਮਸਲਾ ਆ ਰਿਹਾ ਬੋਲੇ ਮੇਂ ਵੋ ਸਮਝ ਗਿਆ ਹਮਾਰੇ ਭਾਈ ਸਾਊਂਡ ਜਨਾਬ ਤੁਸੀਂ ਚੈੱਕ ਕਰ ਲੈਣਾ ਮਾਸ਼ਾਅੱਲਾ ਪਸਮਾ ਦੇ ਜਵਾਬ ਹੀ ਲਾਜਵਾਬ ਹੈ ਗਾਏ ਦੇ ਕੋਲ ਹਰ ਚੀਜ਼ ਲਾਜਵਾਬ ਹਰ ਉਹ ਕੁਆਲਿਟੀ ਮੇਰੇ ਵੀਰਾਂ ਨੂੰ ਮਿਲੇਗੀ ਇਹਦੇ ਵਿੱਚ ਜਿਹੜੀ ਇਸ ਗਾਂ ਨੂੰ ਜਿਹੜਾ ਆਊਟਸਟੈਂਡਿੰਗ ਬਣਾਉਣੀ ਪਈ ਕਦ ਕਾਢ ਤੁਸੀਂ ਦੇਖ ਲਿਆ ਰੰਗ ਦੇਖ ਲਿਆ ਨਸਲ ਜਾਤ ਦੇਖ ਲਈ ਔਰ ਆਰਡਰ ਕੁਆਲਿਟੀਆਂ ਵੇਖ ਲਈਆਂ ਨੇ ਐਕਸਟਰਾ ਨੇ ਹਰ ਮੂਵੀ 'ਚ ਬੋਲਦੇ ਹਾਂ ਵੀ ਥੱਬਿਆਂ ਦੇ ਨਹੀਂ ਪੰਡਾਂ ਦੇ ਨਾਲ ਸਾਰੀਆਂ ਵੰਡਾਂ ਦੇ ਤਾਂ ਲੇਕਿਨ ਇਹ ਉਸ ਤੋਂ ਵੀ ਅਭਾਵ ਹੈ ਇਨਸ਼ਾਅੱਲਾ ਚਾਰ ਫਿਟ ਮੁਰੱਬੇ ਦੇ ਵਿੱਚ ਜਿਹੜੀ ਆਰਡਰ ਕੁਆਲਿਟੀ ਗਾਏ ਦੀ ਔਰ ਬਰਤਨ ਹੀ ਇੱਕ ਹੁੰਦਾ ਗਾਂ ਦੇ ਕੋਲ ਜਿਹੜਾ ਦੱਸਦਾ ਉਹਦੇ ਕੋਲ ਮਿਲਕਿੰਗ ਜਿਹੜੀ ਉਹ ਕਪੈਸਿਟੀ ਕਿੰਨੀ ਔਰ ਅੰਗੂਠੇ ਨਾਲੋਂ ਵੀ ਚੌੜਾ ਜਨਾਬ ਜੇ ਜਿਹੜਾ ਪੂਲਾ ਪੂਲਾ ਜਿੱਦਾਂ ਜਿਹਨੂੰ ਕਹਿੰਦੇ ਨੇ ਧਾਰ ਨਿਕਲਦਾ ਪਿਆ ਔਰ ਬਾਲਟੀ ਤਕਰੀਬਨ ਹੈ ਦੇਖੇ ਦੇਖੋ ਢਾਈ ਮਿੰਟ ਲੱਗੇ ਜਨਾਬ ਬਾਲਟੀ ਫੁੱਲ ਬਾਲਟੀ ਬਾਲਟੀ ਲੈ ਕੇ ਆ ਗਈ ਕਿਆ ਬਾਤ ਹੈ ਜਨਾਬ ਮਜ਼ਾ ਆ ਰਿਹਾ ਬਿਲਕੁਲ ਜਿਵੇਂ ਮਸ਼ੀਨ ਨਾਲ ਚੁਆਈ ਹੁੰਦੀ ਪਈ ਹੁੰਦੀ ਹੱਥ ਨਾਲ ਚੋਣ ਵਾਲਾ ਬੰਦਾ ਜਿੰਨੀ ਜਲਦੀ ਕੋਈ ਚੋ ਸਕਦਾ ਉਨੀ ਜਲਦੀ ਗਾਂ ਨੂੰ ਇਸ ਨੂੰ ਚੋਇਆ ਜਾ ਸਕਦਾ ਅਜੇ ਇੱਕ ਬਾਲਟੀ ਜਨਾਬ ਮੁਕੰਮਲ ਹੋ ਗਈ ਲੈ ਆਉਂਦੇ ਬਾਲਟੀ ਪੂਰਾ ਕਰਦੇ ਬਸ ਇੱਥੇ ਬਸ ਇੱਕ ਬਾਲਟੀ ਜਨਾਬ ਖੁੱਲ੍ਹ ਹੋ ਗਈ ਕਿਲ ਕੱਢ ਲੈ ਕਿਲ ਸਹੀ ਵੇਖੋ ਕਿਲ ਸੀ ਹੁੰਦੇ ਅੱਗੇ ਜ਼ਰੂਰੀ ਸਾਨੂੰ ਲੱਗਦਾ ਕਿਆ ਬਾਤ ਹੈ ਬਿਲਕੁਲ ਕਲੀਅਰ
سونے سے بھی زیادہ صاف تھا جناب ਬਾਲਟੀ ਹੋਰ ਕੋਈ ਨਹੀਂ ਹੋ ਮਾਸ਼ਾਅੱਲਾ ਜੀ ਦੋ ਬਾਲਟੀਆਂ ਫੁੱਲ ਹੋ ਗਈਆਂ ਚੁੱਲ੍ਹੇ 'ਚ ਜਿਹੜੀ ਉਹ ਚਵਾਈ ਜਾ ਰਹੀ ਹੈ ਅੱਧਾ ਤਾਂ ਕਿਲੋ ਜਿਹੜਾ ਇੱਕ ਗਾਇਕ ਆ ਜੋ ਆਪ ਜਾਣਦੇ ਹੈ ਕਿ ਮੁਕੰਮਲ ਇਸ ਤੋਂ ਅਗਰ ਕਰੇਂਗੇ ਤਾਂ ਫਿਰ ਮਿਲਕ ਫਲੇਵਰ ਕਰ ਲਾ ਨਾ ਕਰੇ ਉਸਕਾ ਨਾਮ ਨਹੀਂ ਲੈਣਾ ਚਾਹੀਦਾ ਹੋ ਸਕਦਾ ਹੈ ਕਿਉਂਕਿ ਦੂਧ ਵਾਲੀ ਗਾਇ ਹੈ ਆਪ ਰਹਿਣ ਦੇ ਕਿਲੋ ਕਿਲੋ ਰਹਿਣ ਦੇ ਸੁਣਾ ਬਸ ਠੀਕ ਹੈ ਦੁੱਧ ਹੈ ਉਹ ਆਰਡਰ ਹੀ ਦੱਸਦਾ ਪਿਆ ਉਸ ਤੋਂ ਮਾਸ਼ਾਅੱਲਾ ਹਾਂਜੀ ਹਾਂਜੀ ਬਸ ਛੋੜ ਦਿਓ ਚੱਲ ਇਧਰ ਸਾਡੇ ਕੰਮ ਪਤਾ ਸਾਡੇ ਗੜਵੀ ਲਿਆਂਦੀ ਜੀ ਚਲੋ ਫੜੋ ਵੀ ਗੜਵੀ ਚਲੋ ਕੌਣ ਕਰੋ ਬਿਸਮਿਲਲਾ ਜੀ ਇੱਕ ਦੋ ਤਿੰਨ ਚਾਰ ਪਾਂਚ
6 7 8 9 ਥੋੜਾ ਜਿਹਾ ਭਾਵੇਂ ਇਹਨੂੰ ਮਾਰ ਲਓ ਮਾੜਾ ਜਿਹਾ ਪਾ ਕੇ ਬਾਲਟੀ 'ਚ ਕਰ ਲਓ ਬਾਲਟੀ 9 ਗੜਵੀਆਂ ਹੋ ਗਈਆਂ ਹਾਂ 9 ਹਾਂ ਮਾਸ਼ਾਅੱਲਾ 9 ਗੜਵੀਆਂ ਹੋ ਗਈਆਂ ਹੈਲੋ ਚਲੋ ਠੀਕ ਹੈ ਬਸ 9 10 11 12 13 14 15 16 ਜਾਨਵਰ ਜਨਾਬ ਚੋਈ ਹੋ ਗਏ ਮੁਕੰਮਲ, ਬਾਕੀ ਡਿਟੇਲ ਆਪਾਂ ਲੈਣੇ ਜਨਾਬ ਮਾਲਕ ਤੋਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਫੈਸਲ ਬਾਈ ਕੀ ਹਾਲ ਨੇ? ਅੱਲਾ ਸ਼ੁਕਰ ਤੁਸਨਾ। ਠੀਕ ਠਾਕ। ਫੈਸਲ ਬਾਈ ਜਿਹੜੀ ਆਪਾਂ ਚੋਈ ਕਰਾਈ, ਇਸ ਟਾਈਮ ਹੋਇਆ ਜਨਾਬ 18 ਲੀਟਰ ਪਹਿਲਾ ਬੋਲਾ ਆਇਆ। ਇਹਦੇ ਵਿੱਚ ਪਹਿਲੇ ਵੀ ਦੁੱਧ ਕੱਢਿਆ ਕਿ ਨਹੀਂ? ਕਿ ਤਾਰਾਂ ਕੱਢੀਆਂ ਸੀ? ਪਹਿਲੇ 5 ਲੀਟਰ ਚ ਹੋਇਆ ਸੀ ਜੀ। ਅੱਛਾ, ਬੱਚੇ ਬੱਚੇ ਨੂੰ ਚੰਗਾ ਆਇਆ ਸੀ? ਬੱਚੇ ਨੂੰ ਮਤਲਬ ਕਹਿ ਲੋ ਜਾ ਕੇ ਪਿਆ ਤਾਂ ਸੀ ਜੀ। ਹੁਣ 18 ਲੀਟਰ ਹੋਇਆ। ਹੁਣ 18 ਲੀਟਰ। ਵਾਰਾ ਕਿਨਵਾਂ? ਦੂਸਰਾ ਜੀ। ਜਨਮ ਦੂਸਰਾ। ਸਾਬਕਾ ਰਿਕਾਰਡ ਇਹਨਾਂ ਕਿੰਨਾ ਕਰ? 30 ਲੀਟਰ ਦਾ ਸਾਬਕਾ ਰਿਕਾਰਡ ਹੈ ਜੀ। ਮਾਸ਼ਾਅੱਲਾ ਜੀ, ਠੀਕ ਹੋ ਗਿਆ। ਅੱਛਾ ਜੀ, ਹੁਣ ਜਾਇਜ਼ ਮੁਨਾਸਬ ਜੀ ਪਿਆਰ ਮੁਹੱਬਤ ਵਾਲਾ ਮੁੱਲ ਕਰੋ। 5-20 ਸਰ। 5-20 ਚ ਕੋਈ ਗੁੰਜਾਇਸ਼? ਕੋਈ ਪਿਆਰ ਮੁਹੱਬਤ, ਕੋਈ ਲਾੜ ਪਿਆਰ ਕਰ ਦਿਓ, ਖੁਸੂਸੀ ਮੁਹੱਬਤ। 5 ਕਰ ਦਿਓ। ਪੂਰਾ 5 ਜੀ, ਖੁਸੂਸੀ ਮੁਹੱਬਤ। ਇਹਦੇ ਵਿੱਚ ਲਾੜ ਪਿਆਰ ਹੋਵੇਗਾ? ਨਹੀਂ, ਇਹ ਬਰਾਬਰਾਂ ਦੀ ਹੈ। ਆਖਰੀ ਰੇਟ ਜੀ? ਠੀਕ ਹੋ ਗਿਆ ਜਨਾਬ। 5 ਲੱਖ ਰੁਪਏ ਜਨਾਬ ਫਾਈਨਲ ਰੇਟ ਜੀ। ਸਾਡਾ ਰਾਬਤਾ ਨੰਬਰ ਨੋਟ ਕਰੋ, 0345-109-9392 ਸਾਡਾ ਰਾਬਤਾ ਨੰਬਰ, ਸਾਡਾ ਵਟਸਐਪ ਨੰਬਰ।